ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਕਾਫੀ ਵਿਦ ਡਾਕਟਰ ਹੈਲਥ ਕੇਅਰ ਸ਼ੋਅ ਦੇ ਵਿੱਚ ਦੇਸ਼ ਦੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ, ਉਹ ਸਭ ਤੋਂ ਪਹਿਲਾਂ ਦੇਖਦੇ ਹਾਂ ਹਾਈਲਾਈਟਸ। ਸੋ ਦੋਸਤੋ, ਅੱਜ ਦਾ ਟੋਪਿਕ ਹੈ ਸਾਡਾ ਹਾਰਟ ਫੇਲੀਅਰ ਨੂੰ ਲੈ ਕੇ। ਹਾਰਟ ਫੇਲੀਅਰ ਕਿਉਂ ਹੁੰਦਾ ਹੈਗਾ, ਜੇ ਹੋ ਗਿਆ ਤਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ, ਅਤੇ ਜਿਹੜੇ ਲੋਕ ਦੇਸੀ ਘਿਓ ਖਾਂਦੇ ਨੇ, ਸਮੋਕਿੰਗ ਕਰਦੇ ਜਾਂ ਡਰਿੰਕ ਕਰਦੇ ਨੇ, ਉਹਨਾਂ ਨੂੰ ਕੀ ਪ੍ਰੋਬਲਮਸ ਹੋ ਸਕਦੀਆਂ ਨੇ। ਸੋ ਅਸੀਂ ਸਪੈਸ਼ਲ ਗੱਲ ਕੀਤੀ ਡਾਕਟਰ ਇੰਦਰ ਸਿੰਘ ਆਨੰਦ ਦੇ ਨਾਲ, ਜੋ ਕਿ ਹਾਰਟ ਸਪੈਸ਼ਲਿਸਟ ਹੈਗੇ ਨੇ। ਆਓ ਫਿਰ ਦੇਖਦੇ ਇੱਕ ਇੰਟਰਵਿਊ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਰਟ ਫੇਲੀਅਰ ਹੁੰਦਾ ਜਦ ਪੰਪਿੰਗ ਫੰਕਸ਼ਨ ਹਾਰਟ ਦੀ ਘੱਟ ਹੋ ਜਾਂਦੀ ਹੈ। ਉਹਦੇ ਕਈ ਕਾਰਨ ਨੇ, ਅਤੇ ਮੋਸਟ ਇੰਪੋਰਟੈਂਟ ਕਾਰਨ ਹੈ ਕਿ ਹਾਰਟ ਡੈਮੇਜ ਹੋ ਜਾਏ, ਅਤੇ ਸਭ ਤੋਂ ਜ਼ਿਆਦਾ ਡੈਮੇਜ ਕਰਦਾ ਹੈ ਹਾਰਟ ਅਟੈਕ ਜੇ ਹੋਏ। ਜੇ ਹਾਰਟ ਅਟੈਕ ਹੋ ਜਾਏ ਅਤੇ ਹਾਰਟ ਦਾ ਪੰਪਿੰਗ ਫੰਕਸ਼ਨ ਘੱਟ ਜਾਂਦਾ, ਅਤੇ ਹਾਰਟ ਵੱਡਾ ਹੋ ਹੀ ਜਾਂਦਾ, ਅਤੇ ਉਹਦੇ ਨਾਲ ਜੇ ਪੰਪ ਘੱਟ ਜਾਏ ਅਤੇ ਸਿਮਟਮ ਹੋ ਜਾਂਦੇ ਨੇ, ਸਾਹ ਚੜ੍ਹਦਾ, ਥਕਾਵਟ ਹੋ ਜਾਂਦੀ ਹੈ, ਕਿਡਨੀ ਨੇ ਵਿੱਚ ਬਲੱਡ ਨਹੀਂ ਜਾਂਦਾ, ਤਾਂ ਉਸ ਕਰਕੇ ਜਿਹੜਾ ਹੈਗਾ ਫਲੂਇਡ ਉਹ ਰਿਟੇਨ ਹੋ ਜਾਂਦਾ। ਉਹ ਆ ਕੇ ਦਿਖਾਉਂਦੇ ਨੇ ਜੀ, ਦੇਖੋ ਮੇਰਾ ਗੋਡੇ ਸੁੱਜ ਗਏ ਨੇ, ਮੇਰੇ ਫਲੂਇਡ ਹੈਗਾ। ਇਸੇ ਤਰ੍ਹਾਂ ਲੰਗਜ਼ ਵਿੱਚ ਵੀ ਜਾ ਸਕਦਾ ਫਲੂਇਡ। ਸੋ ਉਹ ਹਾਰਟ ਅਟੈਕ ਹੈ। ਦੂਜਾ ਕਾਰਨ ਹਾਰਟ ਅਟੈਕ ਦਾ ਹੁੰਦਾ ਹਾਈ ਬਲੱਡ ਪ੍ਰੈਸ਼ਰ, ਜੇ ਬਹੁਤੀ ਦੇਰ ਰਹੇ ਅਤੇ ਪੰਪ ਜਿਹੜਾ ਹੈਗਾ ਉਹ ਵੀਕ ਹੋ ਜਾਂਦਾ। ਸੋ ਇਹ ਦੋ ਇੰਪੋਰਟੈਂਟ ਕੋਜ਼ ਨੇ। ਹੋਰ ਕਈ ਜਿਹੜੇ ਇਨਫੈਕਸ਼ਨਸ ਕਰ ਸਕਦਾ, ਵਾਇਰਸਿਸ ਕਰ ਦਿੰਦੀਆਂ ਨੇ, ਬਟ ਇਹ ਜੋ ਦੋ ਚੀਜ਼ਾਂ ਨੂੰ ਅਸੀਂ ਜੇ ਕੰਟਰੋਲ ਕਰੀਏ ਅਤੇ ਹਾਰਟ ਅਟੈਕ ਨਾ ਹੋਏ ਅਤੇ ਬਲੱਡ ਪ੍ਰੈਸ਼ਰ ਅੱਛੀ ਤਰ੍ਹਾਂ ਕੰਟਰੋਲ ਕੀਤਾ ਜਾਏ, ਅਤੇ ਹਾਰਟ ਫੇਲੀਅਰ ਦੀ ਜਿਹੜੀ ਹੈਗੀ ਇੰਸੀਡੈਂਸ ਪ੍ਰੈਵਲੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਘਟੀ ਜਾਏ। ਪਹਿਲੀ ਗੱਲ ਹੈ, ਅਤੇ ਉਹਨਾਂ ਨੂੰ ਸਾਰੇ ਜਿਹੜੀਆਂ ਅਸੀਂ ਦਵਾਈਆਂ ਲੱਭੀਆਂ ਨੇ, ਹੁਣ ਕੋਈ 6 ਤਰ੍ਹਾਂ ਦੀ ਦਵਾਈਆਂ ਨੇ ਜਿਹੜਾ ਬੜਾ ਫਾਇਦਾ ਹੁੰਦਾ ਹਾਰਟ ਦੇ ਕੇ। ਇੱਕ ਨੂੰ ਕਹਿੰਦੇ ਨੇ ਏਸ ਇਨਹਿਬਿਟਰ, ਦੂਜਿਆਂ ਨੂੰ ਕਹਿੰਦੇ ਬੀਟਾ ਬਲੋਕਰਸ, ਫੇਕ ਹੈਗੇ ਨੇ ਸਪੈਨੋਲੈਕਟਾਨ ਔਰ ਮਿਨਰੈਲੋਕਾਰਟਿਕਾਰਡ ਰਿਸੈਪਟਰ ਇੰਟੈਗਨਿਸਟ ਉਹਨਾਂ ਨੂੰ ਕਹਿੰਦੇ ਹਾਂ ਅਸੀਂ। ਅਤੇ ਦੈਨ ਡਿਵਾਈਸਿਸ ਨੇ ਜਿਹੜੀਆਂ ਹਾਰਟ ਦੀ ਪੰਪਿੰਗ ਫੰਕਸ਼ਨ ਵਧਾ ਦਿੰਦੀਆਂ। ਸੋ ਇਹ ਜੇ ਦਵਾਈਆਂ ਅਸੀਂ ਲਈ ਜਾਈਏ ਅਤੇ ਸਿਮਟਮਸ ਘੱਟ ਜਾਂਦੇ ਨੇ, ਪੇਸ਼ੈਂਟ ਬੈਟਰ ਫੀਲ ਕਰਦੇ ਨੇ, ਅਤੇ ਉਹਨਾਂ ਦੀ ਲੌਂਗੇਵਿਟੀ ਵੱਧ ਜਾਂਦੀ ਹੈ। ਹੁਣ ਲਾਈਫ ਸਟਾਈਲ ਇਹੀ ਕਹਿੰਦਾ ਬਲੱਡ ਪ੍ਰੈਸ਼ਰ ਵੱਧਦਾ, ਜੇ ਸਮੋਕਿੰਗ ਕਰੋ ਉਹ ਕਰਨੀ ਆਰਟਰੀਟੀਜ਼ ਕਰਦਾ, ਜੇ ਤੁਸੀਂ ਐਕਸਰਸਾਈਜ਼ ਨਾ ਕਰੋ, ਜੇ ਤੁਹਾਡੀ ਲਾਈਫ ਵਿੱਚ ਬੜੀਆਂ ਟੈਨਸ਼ਨਸ ਹੋਣ, ਉਹ ਸਾਰੀਆਂ ਚੀਜ਼ਾਂ ਜਿਹੜੀ ਲਾਈਫ ਟਾਈਮ ਹੈਗੀਆਂ ਹੈਗੀਆਂ ਨੇ ਉਹ ਤੁਹਾਡੀ ਕੋਰੋਨਰੀ ਆਰਟਰੀਟੀਜ਼ ਵਧਾਏਗੀ, ਹਾਰਟ ਅਟੈਕ ਵਧਣਗੇ, ਉਹਦੇ ਨਾਲ ਤੁਹਾਡਾ ਹਾਰਟ ਫੇਲੀਅਰ ਵਧੇਗਾ। ਸੋ ਉਹਨੂੰ ਜੇ ਅਸੀਂ ਕੰਟਰੋਲ ਕਰੀਏ ਤਾਂ ਬਹੁਤ ਹੀ ਫਰਕ ਪੈ ਜਾਏਗਾ ਸਾਡੀ ਪ੍ਰੈਵਲੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਇੰਸੀਡੈਂਸ ਜਿਹਨੂੰ ਕਹਿੰਦੇ ਹਾਂ ਹਾਰਟ ਫੇਲੀਅਰ ਦੀਆਂ। ਸੋ ਇਹ ਲਾਈਫ ਸਟਾਈਲ ਸਭ ਤੋਂ ਇੰਪੋਰਟੈਂਟ ਚੀਜ਼ਾਂ। ਰਿਸਕ ਫੈਕਟਰ ਹੁੰਦੇ ਨੇ ਜਿਹੜੀ ਚੀਜ਼ਾਂ ਤੁਹਾਡੀਆਂ ਰਿਸਕ ਆਫ ਕੋਰੋਨਰੀ ਹਾਰਟ ਡਿਜ਼ੀਜ਼ ਵਧਾ ਦਿੰਦੀਆਂ, ਰਿਸਕ ਆਫ ਹਾਰਟ ਫੇਲੀਅਰ ਵਧਾਉਂਦੀਆਂ। ਉਹਦੇ 'ਚ ਕੀ ਨੇ? ਸਭ ਤੋਂ ਪਹਿਲੇ ਹੈਗਾ ਸਮੋਕਿੰਗ, ਦੂਜਾ ਹੈਗਾ ਡਾਇਬੀਟੀਜ਼। ਹੁਣ ਡਾਇਬੀਟੀਜ਼ ਹੈਗੀ ਹੈ ਉਹ ਆਮ ਤੌਰ 'ਤੇ ਤੁਸੀਂ ਕੁਛ ਉਹਦੇ ਬਾਰੇ ਕਰ ਨਹੀਂ ਸਕਦੇ, ਹੋ ਜੇ ਹੋ ਜਾਂਦੀ ਹੈ, ਬਟ ਉਹਨੂੰ ਪ੍ਰਿਵੈਂਟ ਵੀ ਕੀਤਾ ਜਾਂਦਾ। ਤੀਜੀ ਚੀਜ਼ ਹੈਗੀ ਹੈ ਲੈਕ ਆਫ ਐਕਸਰਸਾਈਜ਼, ਜੇ ਐਕਸਰਸਾਈਜ਼ ਨਹੀਂ ਕਰ। ਚੌਥਾ ਹੈ ਹਾਈ ਬਲੱਡ ਪ੍ਰੈਸ਼ਰ। ਸੋ ਇਹ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਰਿਸਕ ਫੈਕਟਰ ਨੇ, ਹੋਰ ਕਈ ਨੇ ਹੋਰ ਰਿਸਕ ਫੈਕਟਰ, ਟੈਨਸ਼ਨ ਜਿਹੜੀ ਹੈ, ਇਹ ਸਾਰੀਆਂ ਚੀਜ਼ਾਂ ਜੋ ਅਸੀਂ ਪ੍ਰਿਵੈਂਟ ਕਰਾਂਗੇ ਤਾਂ ਕੋਰੋਨਰੀ ਹਾਰਟ ਡਿਜ਼ੀਜ਼ ਘੱਟ ਜਾਏਗੀ। ਉਹਦੇ ਨਾਲ ਤੁਹਾਨੂੰ ਦੱਸਿਆ ਕਿ ਹਾਰਟ ਅਟੈਕ ਘੱਟ ਜਾਣਗੇ ਅਤੇ ਉਹ ਹਾਰਟ ਫੇਲੀਅਰ ਦੇ ਚਾਂਸ ਜਿਹੜੇ ਨੇ ਉਹ ਘਟੀ ਜਾਣਗੇ। ਜੇ ਘਿਓ ਖਾਂਦੇ ਹੋ ਤਾਂ ਪੂਰੀ ਐਕਸਰਸਾਈਜ਼ ਕਰਨੀ, ਜੇ ਥੋੜ੍ਹੀ ਮੋਡਰੇਸ਼ਨ 'ਚ ਘਿਓ ਤਾਂ ਕੁਛ ਨਹੀਂ ਨਾ, ਇੱਕ ਅੱਧਾ ਚਮਚਾ ਲੈਣਾ ਤਾਂ ਕੁਛ ਨਹੀਂ ਹੁੰਦਾ, ਪਰ ਜੇ ਅਸੀਂ ਖਾਣਾ ਵੀ ਘਿਓ 'ਚ ਬਣਾਈਏ ਅਤੇ ਰੋਟੀ ਵਿੱਚ ਚੋਪੜ ਕੇ ਖਾਈਏ ਅਤੇ ਉੱਤੇ ਵੀ ਆਪਣਾ ਸਾਗ ਖਾਓ ਅਤੇ ਘਿਓ ਦੀ ਕਟੋਰੀ ਵਿੱਚ ਪਾ ਲਓ, ਉਹ ਬੜੀ ਮਾੜੀ ਗੱਲ ਹੈ। ਸਰ, ਜਾਂਦੇ ਆਉਂਦੇ ਸਾਡੇ ਦਰਸ਼ਕਾਂ ਨੂੰ ਸਰ 5 ਟਿਪਸ ਦੱਸ ਦਿਓ ਕਿ ਜਿਹਦੇ ਨਾਲ ਹਾਰਟ ਫੇਲੀਅਰ ਤੋਂ ਬਚਿਆ ਜਾ ਸਕੇ। ਉਹੀ ਓ ਗੱਲਾਂ ਜਿਹੜੀਆਂ ਮੈਂ ਪਹਿਲੇ ਦੇਖ ਦੱਸੀਆਂ, ਐਕਸਰਸਾਈਜ਼ ਕਰੋ ਪੂਰੀ, ਆਪਣੀ ਖੁਰਾਕ ਠੀਕ ਨਾਲ ਖਾਓ, ਜੇ ਵੇਟ ਹੈ ਤਾਂ ਰਿਡਿਊਸ ਕਰੋ, ਜੇ ਡਾਇਬਿਟੀਜ਼ ਦੀ ਪੂਰੀ ਕੰਟਰੋਲ ਕਰੋ, ਜੇ ਹੋ ਗਈ ਹੈ ਉਹਦਾ ਬਲੱਡ ਸ਼ੂਗਰ ਨੂੰ ਡਾਊਨ ਕਰੋ, ਬਲੱਡ ਪ੍ਰੈਸ਼ਰ ਹੈ ਤਾਂ ਉਦੋਂ ਕਰੋ, ਸਮੋਕਿੰਗ ਕਰਦੇ ਹੋ ਤਾਂ ਉਹ ਰੋਕੋ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ। ਸੋ ਦੋਸਤੋ, ਤੁਸੀਂ ਸੁਣਿਆ ਡਾਕਟਰ ਇੰਦਰ ਸਿੰਘ ਆਨੰਦ ਨੇ ਕੀ ਕਿਹਾ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਜਿਹੜੇ ਲੋਕ ਦੇਸੀ ਘਿਓ ਖਾਂਦੇ ਨੇ ਉਹਨਾਂ ਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਆਪਣੇ ਵਾਸਤੇ 45 ਮਿੰਟਸ ਜ਼ਰੂਰ ਕੱਢਿਆ ਕਰੋ ਸੈਰ ਦੇ ਵਾਸਤੇ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਣਾ। ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।